ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਇੱਕ ਬਹੁਤ ਵਧੀਆ ਟੈਕਨੀਕ ਦੱਸਣ ਜਾ ਰਿਹਾ ਮੋਬਾਈਲ ਨੰਬਰ ਕਿਦਾਂ ਅਸੀਂ ਸੇਵ ਕਰਨਾ ਹੈ ਮੋਬਾਈਲ ਨੰਬਰ ਅਸੀਂ ਅਕਸਰ ਸੇਵ ਕਰਦੇ ਹਾਂ ਮੰਨ ਲਓ ਫਰਜ਼ ਕਰੋ ਆ ਮੇਰੇ ਸਾਹਮਣੇ ਇੱਕ ਨੰਬਰ ਸ਼ੋ ਹੋ ਰਿਹਾ ਇਹਨੂੰ ਮੈਂ ਸੇਵ ਕਰਨਾ ਹੈ ਓਕੇ ਅਸੀਂ ਕ੍ਰੀਏਟ ਕੰਟੈਕਟ ਦੀ ਜਾਂਦੇ ਆ ਤੇ ਸਾਡੇ ਅੱਗੇ ਆਪਸ਼ਨ ਆਂਦਾ ਹੈ ਆ ਉੱਪਰ ਜਿੱਥੇ ਗੂਗਲ ਕੰਟੈਕਟ ਲਿਖਿਆ ਇਹਦੇ ਚ ਆਪਸ਼ਨ ਆਂਦੇ ਨੇ ਜਾਂ ਮੈਂ ਇਹਨੂੰ ਫੋਨ ਵਿੱਚ ਸੇਵ ਕਰਾਂਗਾ ਜਾਂ ਮੈਂ ਸਿਮ ਕਾਰਡ 1 ਵਿੱਚ ਸੇਵ ਕਰਾਂਗਾ ਜਾਂ ਸਿਮ ਕਾਰਡ 2 ਵਿੱਚ ਸੇਵ ਕਰਾਂਗਾ ਜਾਂ ਮੇਰੇ ਕੋਲ ਆਪਸ਼ਨ ਹੈ ਈਮੇਲ ਦਾ ਅਸੀਂ ਫੋਨ ਵੀ ਸੇਵ ਕੀਤਾ ਸਿਮ ਕਾਰਡ ਵੀ ਸੇਵ ਕੀਤਾ ਜਦੋਂ ਮੋਬਾਈਲ ਗੁੰਮ ਗਿਆ ਜਾਂ ਇੱਧਰ ਉੱਧਰ ਕਿਤੇ ਹੋ ਗਿਆ ਸਾਡੇ ਨੰਬਰ ਖਤਮ ਕੰਟੈਕਟ ਖਤਮ ਤਾਂ ਅਸੀਂ ਅਗਰ 10000 ਵੀ ਨੰਬਰ ਸੇਵ ਕਰ ਲਈਏ ਤਾਂ ਸਾਡਾ ਨੰਬਰ ਜਿਹੜਾ ਹੈ ਭਾਵੇਂ ਮੋਬਾਈਲ ਜਿੰਨੇ ਮਰਜ਼ੀ ਅਸੀਂ ਚੇਂਜ ਕਰ ਲਈਏ ਸਾਡਾ ਨੰਬਰ ਨਹੀਂ ਜਾਣਾ ਚਾਹੀਦਾ ਤਾਂ ਉਹਨੂੰ ਅਸੀਂ ਈਮੇਲ ਵੀ ਸੇਵ ਕਰਾਂਗੇ ਤਾਂ ਜਿੰਨੀ ਦੇਰ ਤੱਕ ਤੁਹਾਡਾ ਈਮੇਲ ਆਈਡੀ ਕਾਇਮ ਰਹੇਗਾ ਤੁਹਾਡਾ ਨੰਬਰ ਕਿਤੇ ਨਹੀਂ ਜਾਏਗਾ ਇਸ ਟੈਕਨੀਕ ਨੂੰ ਫਾਲੋ ਕਰੋ ਸਤਿ ਸ੍ਰੀ ਅਕਾਲ ਦੋਸਤੋ